ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਦੀ ਵੀਡੀਓ ਹੈਗੀ ਕਮੈਂਟ ਦੀ ਵੀਡੀਓ। ਤੇ ਇਹ ਹੈਗਾ ਜੀ ਸਾਡਾ ਇਲੈਕਟ੍ਰਿਸਿਟੀ ਰੂਮ, ਸਾਰਾ ਬਿਜਲੀ ਦਾ ਕਰੰਟ ਜਿੰਨਾ ਵੀ ਆ ਫਾਰਮ ਦਾ, ਇਧਰਲੀ ਸਾਈਡ ਹੀ ਆ। ਤੇ ਡਿਮਾਂਡ ਸੀ ਕਿ ਇਲੈਕਟ੍ਰਿਸਿਟੀ ਦੇ ਕਮਰੇ ਤੇ ਵੀ ਇੱਕ ਵੀਡੀਓ ਬਣਾਓ। ਤੇ ਇਹ ਜਿਹੜੇ ਨੇ ਜੀ ਸਾਡੇ ਸਾਰੇ ਪਲਸਤਰ ਹੋਇਆ ਕਮਰਾ, ਉੱਪਰ ਚਾਦਰਾਂ ਪਈਆਂ ਹੋਈਆਂ ਨੇ। ਇਹ ਲੱਕੜ ਦਾ ਬੋਰਡ ਲੱਗਾ ਆ, ਔਰ ਲੱਕੜ ਦੇ ਬੋਰਡ ਦੇ ਉੱਤੇ ਸਾਰੇ ਜਿਹੜੇ ਸਟਾਰਟਰ ਨੇ ਇਹ ਫਿੱਟ ਕੀਤੇ ਹੋਏ ਨੇ, ਸਕ੍ਰੈਪਰਾਂ ਦੇ ਨੇ। ਪੱਖੇ ਦਾ ਆ ਇੱਧਰ ਆਟੋਮੈਟਿਕ ਸਿਸਟਮ ਮੋਟਰ, ਅਸੀਂ ਸਿਰਫ ਮੋਟਰ ਨੂੰ ਚਲਾ ਦੇਣਾ ਆ, ਬੰਦ ਆਪਣੇ ਆਪ ਹੋ ਜਾਣੀ ਆ ਜਦੋਂ ਟੈਂਕੀ ਫੁੱਲ ਹੋ ਗਈ। ਇਹ ਸਮਰਸੀਬਲ ਮੋਟਰਾਂ ਦੇ ਜਿਹੜੇ ਆ ਸਟਾਰਟਰ ਹੁੰਦੇ ਆ, ਮੇਨ ਕੰਟਰੋਲ ਕਰਦੇ ਆ ਜਿਹੜੇ। ਇਹ ਆਟੋਮੈਟਿਕ ਆ ਪੱਖਿਆਂ ਵਾਸਤੇ, ਤੇ ਇਹ ਸਕ੍ਰੈਪਰ ਦਾ, ਇਹ ਪੱਖੇ ਦਾ। ਇਧਰਲੀ ਸਾਈਡ ਤੇ ਦੂਸਰਾ ਜਿਹੜਾ ਸਿਸਟਮ ਅਸੀਂ ਲਾਵਾਂਗੇ ਉਹਦੇ ਵਾਸਤੇ ਆ, ਤੇ ਇਹ ਸਾਰੀਆਂ ਲਾਈਟਾਂ ਵਾਸਤੇ ਆ ਸਾਰੇ ਸਵਿੱਚ। ਇਧਰ ਉੱਪਰ ਬਲਬ ਆ, ਦੋ ਰੱਖੇ ਆ ਕਿ ਜਗ੍ਹਾ, ਵੈਸੇ ਤੇ ਇੱਕ ਹੀ ਬਲਬ ਜਿਹੜਾ ਉਹ ਜਗਾਈਦਾ ਰਾਤ ਨੂੰ ਕਮਰੇ ਦੇ ਅੰਦਰ, ਪਰ ਜਦੋਂ ਕਿਤੇ ਕੰਮ ਕਰਨਾ ਹੋਵੇ ਇਲੈਕਟ੍ਰਿਸਿਟੀ ਦਾ ਅੰਦਰ ਤੇ ਜ਼ਿਆਦਾ ਰੋਸ਼ਨੀ ਚਾਹੀਦੀ ਹੋਵੇ ਰਾਤ, ਤੇ ਫਿਰ ਦੋ ਬਲਬ ਲਗਾਏ ਨੇ, ਇੱਕ ਇਧਰਲੀ ਸਾਈਡ ਆ ਇੱਕ ਇਧਰਲੀ ਸਾਈਡ ਆ। ਤੇ ਜਿੰਨਾ ਵੀ ਕਰੰਟ ਆ ਫਾਰਮ ਦਾ ਉਹ ਸਾਰਾ ਹੀ ਇਸੇ ਕਮਰੇ ਚੋਂ ਹੀ ਜਾਂਦਾ ਆ, ਤੇ ਸਾਰਾ ਕੰਟਰੋਲ ਜਿਹੜਾ ਵਾ ਇਸੇ ਕਮਰੇ ਦੇ ਅੰਦਰ। ਇਧਰ ਜਿੰਨੇ ਜੋ ਵੀ ਸ਼ਾਵਰ ਨੇ, ਫੈਨ ਨੇ, ਮੋਟਰਾਂ ਨੇ, ਸਕ੍ਰੈਪਰ ਨੇ, ਸਾਰਾ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਨੇ ਸਾਰੇ ਸਾਰੇ ਇਸੇ ਕਮਰੇ ਚੋਂ ਹੀ ਜਾਂਦੇ ਨੇ ਫਾਰਮ ਨੂੰ। ਇਧਰਲੇ ਸ਼ੈੱਡ ਦਾ ਜਿੰਨਾ ਵੀ ਸਾਰਾ ਇਧਰਲੀ ਸਾਈਡ ਦਾ, ਆਹ ਜਿਹੜਾ ਸਾਡਾ ਇਧਰਲਾ ਸਾਈਡ ਦਾ ਸ਼ੈੱਡ ਆ ਇਹਦਾ, ਫਿਰ ਇਹ ਵਾਲੇ ਜਿਹੜਾ ਸ਼ੈੱਡ ਆ ਸਾਰਾ ਇਹਦਾ, ਸਾਰਾ ਜਿਹੜਾ ਕਰੰਟ ਸਿਸਟਮ ਆ ਨਾ ਟੈਂਕੀਆਂ ਨੂੰ ਜਿਹੜਾ ਆ ਰਹੀ ਮੋਟਰ ਲੱਗੀ ਇਹਦਾ ਕਰੰਟ ਸਿਸਟਮ। ਇਹ ਵਾਲੇ ਸਾਈਡ ਦਾ ਜਿੰਨਾ ਵੀ ਸਾਰਾ ਕਰੰਟ ਆ ਇਸ ਕਮਰੇ ਵਿੱਚ ਆ ਜਿਹੜਾ ਫਾਰਮ ਤੋਂ ਬਾਹਰ ਬਣਿਆ ਹੋਇਆ। ਸਾਰੇ ਪੱਖਿਆਂ ਦਾ, ਜਿਹੜੇ ਸ਼ਾਵਰ ਚੱਲ ਰਹੇ ਨੇ ਇਹਦੀ ਮੋਟਰ ਦਾ, ਪਾਣੀ ਵਾਲੀਆਂ ਟੈਂਕੀਆਂ ਦਾ, ਸਾਰਾ ਮਤਲਬ ਜਿੰਨਾ ਵੀ ਕਰੰਟ ਆ, ਜਿਹੜੇ ਆ ਬਰੱਸ਼ਿੰਗ ਜਿਹੜੀਆਂ ਕਰਦੀਆਂ ਨੇ ਜਿਹੜੇ ਗਾਵਾਂ ਦੇ ਬਰੱਸ਼ ਨੇ, ਇਹਨਾਂ ਦਾ ਵੀ ਸਾਰਾ ਜਿਹੜਾ ਕਰੰਟ ਆ ਇੱਧਰ ਦੇਖੋ ਉੱਪਰੋਂ ਦੀ ਹੁੰਦੇ ਹੋਏ ਸਾਰਾ ਉਸ ਕਮਰੇ ਦੇ ਅੰਦਰ ਗਿਆ। ਤੇ ਇੱਧਰਲੇ ਸ਼ੈੱਡ ਦਾ ਵੀ ਜਿੰਨਾ ਵੀ ਸਾਰਾ ਕਰੰਟ ਆ, ਇਹ ਕਰ ਰਹੀ ਆ ਕੋਲ ਬਰੱਸ਼, ਸਾਰਾ ਜਿਹੜਾ ਵਾ ਇਸ ਰੂਮ ਦੇ ਅੰਦਰ ਆ। ਇਹ ਹੈਲੀਕਾਪਟਰ ਫੈਨ ਦਾ ਆ, ਤੇ ਬਾਕੀ ਸਾਰੇ ਫੇਸ ਫੂਸ ਜਿੰਨੇ ਵੀ ਆ ਸਾਰੇ ਇੱਕ ਹੀ ਕਮਰੇ ਵਿਚ ਰੱਖਿਆ ਹੋਇਆ ਸਾਰਾ ਹੀ ਸਿਸਟਮ ਜਿਹੜਾ। ਥੈਂਕ ਯੂ ਫਾਰ ਵਾਚਿੰਗ। ਇਹ ਸੀ ਡਿਮਾਂਡ ਦੀ ਵੀਡੀਓ।